ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਹਾਂਜੀ ਅਪਡੇਟ ਨਿਊਜ਼ ਨਾਲ ਆਪ ਸਭ ਦੇ ਰੂਬਰੂ ਹੋ ਰਹੇ ਹਾਂ ਸੋ ਇਸ ਨਿਊਜ਼ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਤੁਹਾਨੂੰ ਲਾਲ ਬਟਨ ਦਿਖਾਈ ਦੇ ਰਿਹਾ ਪਲੀਜ਼ ਉਹਨੂੰ ਕਲਿੱਕ ਕਰ ਦਿਓ ਤਾਂ ਜੋ ਤੁਹਾਡੇ ਤੱਕ ਸਾਰੀ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਅਪਡੇਟ ਉਹ ਟਾਈਮ ਟੂ ਟਾਈਮ ਪਹੁੰਚ ਸਕੇ ਹਾਂਜੀ ਇਸ ਨਿਊਜ਼ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਕਿਹੜੇ ਮੁਲਾਜ਼ਮਾਂ ਜਿਹੜੇ ਸਰਕਾਰ ਦੇ ਅੱਗੇ ਡਟੇ ਰਹੇ ਐ ਮੀਂਹ ਦੇ ਵਿੱਚ ਵੀ ਉਹਨੂੰ ਆਪਾਂ ਪ੍ਰੋਪਰਲੀ ਡਿਸਕਸ ਕਰਦੇ ਹਾਂ ਬਠਿੰਡਾ ਜ਼ੀਰਕਪੁਰ ਕੌਮੀ ਮਾਰਗ ਤੇ ਸਥਿਤ ਬੈਸਟ ਪ੍ਰਾਈਸ ਮਾਲ ਪੁੱਚੋ ਖੁਰਦ ਵਿੱਚ ਕਥਿਤ ਤੌਰ ਤੇ ਨੌਕਰੀ ਤੋਂ ਫਾਰਕ ਕੀਤੇ ਗਏ ਮੁਲਾਜ਼ਮਾਂ ਦਾ ਮੋਰਚਾ ਅੱਜ 12ਵੇਂ ਦਿਨ ਭਰਵੇਂ ਮੀਂਹ ਵਿੱਚ ਵੀ ਜਾਰੀ ਰਿਹਾ ਰੁਜ਼ਗਾਰ ਬਚਾਉਣ ਲਈ ਸੰਘਰਸ਼ ਕਰ ਰਹੇ ਮੁਲਾਜ਼ਮਾਂ ਅਤੇ ਕਿਸਾਨਾਂ ਨੇ ਵਾਲਮਾਰਟ ਕੰਪਨੀ ਦੇ ਅਧਿਕਾਰੀਆਂ ਖਿਲਾਫ ਨਾਰੇਬਾਜ਼ੀ ਕੀਤੀ ਅਤੇ ਨੌਕਰੀਆਂ ਬਹਾਲ ਕਰਨ ਦੀ ਮੰਗ ਕੀਤੀ ਮੁਲਾਜ਼ਮਾਂ ਗੂ ਜਸਪ੍ਰੀਤ ਸਿੰਘ ਨਿਰਮਲ ਸ਼ਰਮਾ ਹਰਮਨ ਸਿੰਘ ਮਨਪ੍ਰੀਤ ਸਿੰਘ ਮੁਸਤਾਕ ਖਾਨ ਅਤੇ ਕਿਲਾਸ਼ ਚੰਦਰ ਨੇ ਕਿਹਾ ਕਿ ਨੌਕਰੀਆਂ ਬਹਾਲ ਨਾ ਹੋਣ ਤੱਕ ਸੰਘਰਸ਼ ਜਾਰੀ ਰਹੇਗਾ ਉਹਨਾਂ ਨੇ ਕਿਹਾ ਕਿ ਭਾਰਤੀ ਕਿਸਾਨ ਜੂਨੀਅਨ ਏਕਤਾ ਉਗਰਾਹਾਂ ਦੇ ਸੁਬਾਈ ਸੁਬਾਈ ਆਗੂਆਂ ਦੇ ਕਰਨਾਲ ਮੋਰਚੇ ਤੋਂ ਵਿਲੇ ਹੁੰਦਿਆਂ ਹੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ ਸੋ ਮੁਲਾਜ਼ਮ ਜਿਹੜੇ ਆਪਣੀਆਂ ਮੰਗਾਂ ਲਈ ਡਟੇ ਹੋਏ ਨੇ ਸੋ ਇਸੇ ਤਰੀਕੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਡੇ ਕੋਲ ਅਪਡੇਟ ਆਉਂਦੀ ਹੈ ਮੁਲਾਜ਼ਮਾਂ ਦੇ ਨਾਲ ਸੰਬੰਧੀ ਚਾਹੀਏ ਹੋਵੇ ਸਿਕਸ ਪੇ ਕਮਿਸ਼ਨ ਨਾਲ ਹੋਵੇ ਚਾਹੀ ਉਹਨਾਂ ਦੀਆਂ ਮੰਗਾਂ ਨਾਲ ਚਾਹੀ ਉਹਨਾਂ ਦੇ ਪੱਕੇ ਕੀਤੇ ਜਾਣ ਨਾਲ ਤਾਂ ਸਾਰੀਆਂ ਜਿਹੜੀਆਂ ਨਿਊਜ਼ ਆ ਤੁਹਾਡੇ ਨਾਲ ਅਸੀਂ ਸਮੇਂ-ਸਮੇਂ ਸਿਰ ਤੇ ਡਿਸਕਸ ਕਰਦੇ ਰਵਾਂਗੇ ਸੋ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਐਂਡ ਸਬਸਕ੍ਰਾਈਬ ਕਰੋ ਧੰਨਵਾਦ